ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੋਗਾ ਦੇ ਬੱਧਣੀ ਕਲਾਂ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਹਰਕੀਰਤ ਕੌਰ ਚਾਨੇ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਵੱਖ ਵੱਖ ਬੁਲਾਰਿਆਂ ਅਤੇ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਚੋਂ ਨਿਕਲ ਕੇ ਜੈਵਿਕ ਖੇਤੀ ਵੱਲ ਪਰਤਣ ਦਾ ਸੱਦਾ ਦਿੱਤਾ। ਇਸ ਮੰਤਵ ਲਈ ਕੇਂਦਰ ਸਰਕਾਰ ਵੱਲੋਂ ਅਭਿਲਾਸ਼ੀ ਬਲਾਕਾਂ ਲਈ 125 ਕਰੋੜ ਦੀ ਲਾਗਤ ਨਾਲ ਸਥਾਪਿਤ ਕੀਤੀਆਂ ਗਈਆਂ ਭੌਂ ਪਰਖ ਲੈਬੋਰਟਰੀਆਂ ਵਿੱਚ ਆਪੋ ਆਪਣੇ ਖੇਤਰਾਂ ਦੀ ਮਿੱਟੀ ਦੀ ਪਰਖ ਕਰਵਾਉਣ ਦੀ ਅਪੀਲ ਕੀਤੀ ਗਈ। ਨੌਜਵਾਨਾਂ ਨੂੰ ਵੀ ਵਿਦੇਸ਼ ਜਾਣ ਦੀ ਭੇਡ ਚਾਲ ਨੂੰ ਛੱਡ ਕੇ ਆਧੁਨਿਕ ਤਕਨੀਕ ਅਪਣਾਉਂਦਿਆਂ ਖੇਤੀ ਕਿੱਤੇ ਵੱਲ ਪਰਤਣ ਦੀ ਸਲਾਹ ਦਿੱਤੀ ਗਈ। ਇਸ ਮੌਕੇ ਅਭਿਲਾਸ਼ੀ ਬਲਾਕ ਨਿਹਾਲ ਸਿੰਘ ਵਾਲਾ ਲਈ ਏਕੀਕ੍ਰਿਤ ਸੰਚਾਰ ਅਤੇ ਆਊਟਰੀਚ ਪ੍ਰੋਗਰਾਮ ਤਹਿਤ ਕੇਂਦਰੀ ਸੰਚਾਰ ਬਿਊਰੋ ਜਲੰਧਰ ਦੇ ਫੀਲਡ ਪਬਲਿਸਿਟੀ ਅਫਸਰ ਰਾਜੇਸ਼ ਬਾਲੀ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਅਤੇ ਕਿਸਾਨ ਪੱਖੀ ਯੋਜਨਾਵਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੂਰੇ ਭਾਰਤ ਵਿੱਚ ਅਭਿਲਾਸ਼ੀ ਬਲਾਕਾਂ ਵਜੋਂ ਚੁਣੇ ਗਏ 500 ਬਲਾਕਾਂ ਵਿੱਚੋਂ ਪੰਜਾਬ ਵਿੱਚ ਮੋਗਾ, ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਸੰਗਰੂਰ ਅਤੇ ਕਪੂਰਥਲਾ ਸਮੇਤ 7 ਜ਼ਿਲ੍ਹਿਆਂ ਵਿੱਚ ਅਜਿਹੇ 10 ਬਲਾਕ ਨੇ। ਤਾਂ ਸਾਨੂੰ ਵੀ ਇੱਥੇ ਆ ਕੇ ਪਤਾ ਲੱਗਾ ਵੀ ਇੱਥੇ ਬਹੁਤ ਨਵੀਂ ਜਿਹੜੀ ਮਸ਼ੀਨਰੀ ਆ, ਕਿਉਂਕਿ ਹਰ ਮਸ਼ੀਨਰੀ ਦੀ ਜਿਹੜੀ ਇੰਡਸਟਰੀ ਆ ਉਹ ਵੀ ਆਉਂਦੀ ਆਪਦੇ ਪ੍ਰੋਡਕਟ ਲੈ ਕੇ। ਔਰ ਜਿੰਨੀਆਂ ਵੀ ਇੱਥੇ ਜਿਵੇਂ ਬਿਮਾਰੀਆਂ, ਜਿਉਂ ਜਿਉਂ ਅਸੀਂ ਚੱਲਦੇ ਹਾਂ ਖਾਦ ਯੁੱਗ, ਸਪਰੇਹਾਂ ਦਾ ਯੁੱਗ ਆ, ਅਤੇ ਇਹਦੇ 'ਚ ਨਾਲ ਹੀ ਉਹਦੇ ਸਮੱਸਿਆ ਬਹੁਤ ਆ ਰਹੀਆਂ। ਸੋ ਸਾਨੂੰ ਜਿਹੜੇ ਖੇਤੀ ਵਿਗਿਆਨੀ ਆ ਉਹਨਾਂ ਨੇ ਜਿਹੜੀਆਂ ਸਮੱਸਿਆ ਆ ਰਹੀਆਂ ਉਹਨਾਂ ਬਾਰੇ ਜਾਣਕਾਰੀ ਦਿੱਤੀ ਸਾਨੂੰ। ਸੈਂਟਰ ਸਰਕਾਰ ਵੱਲੋਂ ਇਹਨਾਂ ਡਰੋਨਸ ਦੇ ਉੱਪਰ ਸਬਸਿਡੀ ਸਕੀਮ ਵੀ ਕੱਢੀ ਗਈ ਆ, ਜੋ ਕਿ ਛੇਤੀ ਹੀ ਆਪਣੇ ਪੰਜਾਬ ਵਿੱਚ ਹੀ ਲਾਗੂ ਹੋਣ ਵਾਲੀ ਆ। ਜੇ ਆਪਾਂ ਇਹਨੂੰ ਗਰੁੱਪ ਵਿੱਚ ਜਾਂ ਕਿ FPO ਜਾਂ ਸੁਸਾਇਟੀ ਵਿੱਚ ਅਪਲਾਈ ਕਰਦੇ ਹਾਂ ਤਾਂ 80% ਸਬਸਿਡੀ ਅਵੇਲੇਬਲ ਆ, ਅਦਰਵਾਈਜ਼ ਇਹਦੇ ਉੱਤੇ 50% ਸਬਸਿਡੀ ਜਾਂ ਇੰਡੀਵਿਜੁਅਲੀ ਇਹਨੂੰ ਅਪਲਾਈ ਕਰਦੇ ਹਾਂ।